ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਲਗਾਤਾਰ ਬਾਗੀ ਧੜਾ ਜੋ ਕਿ ਅੜਿਆ ਹੋਇਆ। ਅਕਾਲੀ ਦਲ ਦੇ ਬਾਗੀ ਧੜੇ ਦੀ ਮੀਟਿੰਗ ਇਸ ਵੇਲੇ ਜਾ ਰਹੀ ਹੈ। ਪ੍ਰੇਮ ਸਿੰਘ ਚੰਦੂ ਮਾਜਰਾ ਦਾ ਬਿਆਨ ਵੀ ਸਾਹਮਣੇ, ਉਹਨਾਂ ਦਾ ਕਹਿਣਾ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜ਼ਰੂਰੀ ਹੈ। ਝੁੰਡਾ ਕਮੇਟੀ ਦੀਆਂ ਸਿਫਾਰਿਸ਼ਾਂ 'ਤੇ ਚਰਚਾ ਕੀਤੀ ਜਾ ਰਹੀ ਹੈ। ਦੂਜੇ ਪਾਸੇ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਦੇ ਵਿੱਚ ਅਕਾਲੀ ਲੀਡਰਸ਼ਿਪ ਦੀ ਮੀਟਿੰਗ ਹੋਈ। ਸਮੁੱਚੀ ਅਕਾਲੀ ਲੀਡਰਸ਼ਿਪ ਮੌਜੂਦ ਰਹੀ। ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੁੰਦੜ ਦੀ ਅਗਵਾਈ ਦੇ ਹੇਠ ਦਰਅਸਲ ਇਹ ਬੈਠਕ ਹੋਈ। ਮੀਟਿੰਗ ਤੋਂ ਬਾਅਦ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੁਝ ਲੋਕ ਬੈਠਕਾਂ ਕਰਕੇ ਪਾਰਟੀ ਦਾ ਨੁਕਸਾਨ ਕਰ ਰਹੇ ਨੇ, ਜੇ ਕਿਸੇ ਨੇ ਗੱਲ ਕਰਨੀ ਆ ਤਾਂ ਪਾਰਟੀ ਮੰਚ 'ਤੇ ਗੱਲ ਰੱਖੇ। ਦਲਜੀਤ ਸਿੰਘ ਚੀਮਾ ਦੇ ਵੀ ਕਿਹੜਾ ਕਿ ਬਾਗੀ ਧੜੇ ਨੂੰ ਇਹ ਨਸੀਹਤ ਵੀ ਦਿੱਤੀ ਗਈ ਹੈ। ਤੋ ਅਲੱਗ ਅਲੱਗ ਦੋ ਬੈਠਕਾਂ ਜਿਹੜੀਆਂ ਕਿ ਇੱਕ ਪਾਸੇ ਬਾਗੀ ਧੜੇ ਦੇ ਵੱਲੋਂ ਬੈਠਕ ਕੀਤੀ ਜਾ ਰਹੀ, ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵੱਲੋਂ ਬੈਠਕ ਕੀਤੀ ਗਈ। ਗੱਲ ਬਾਗੀ ਧੜੇ ਦੀ ਕਰੀਏ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਆਪਣੇ ਸਟੈਂਡ ਨੂੰ, ਆਪਣੇ ਬਿਆਨ ਨੂੰ ਦੁਹਰਾਇਆ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ। ਪਤਾ ਹੋਵੇ ਤਾਂ ਮੇਰੇ ਕੋਲ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਦੇ ਨਾਲ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਮੀਟਿੰਗ ਉਹ ਕਰ ਰਹੇ ਨੇ ਔਰ ਮੀਡੀਆ ਦੇ ਸਾਹਮਣੇ ਸੰਬੋਧਨ ਉਹ ਕਰ ਰਹੇ ਨੇ, ਲੱਗਦਾ ਨਹੀਂ ਕਿ ਅਕਾਲੀ ਦਲ ਦੇ ਉੱਤੇ ਬੜਾ ਬੁਰਾ ਪ੍ਰਭਾਵ ਪੜ ਰਿਹਾ। ਬੁਰਾ ਪ੍ਰਭਾਵ, ਮੈਂ ਕਿਸੇ ਨੂੰ ਬੰਦੇ ਨੂੰ ਗਾਲਾਂ ਕੱਢੀ ਜਾਂਦਾ ਬਗੈਰ ਮਤਲਬ ਦੇ। ਮੈਂ ਇਕੱਲਾ ਤਾਂ ਪੰਜਾਬ ਨਹੀਂ, ਮੈਂ ਇਕੱਲਾ ਪੰਥ ਨਹੀਂ। ਚਾਰ ਬੰਦੇ ਪੰਜ ਬੰਦੇ ਰੱਖ ਕੇ ਖੜ੍ਹਦੇ ਨੇ ਕੋਈ ਕਿਸੇ ਦੇ ਬੋਲੀ ਜਾਂਦੇ ਖਿਲਾਫ। ਲੋਕ ਬਹੁਤ ਸਿਆਣੇ ਨੇ, ਬੜੀ ਲੋਕਾਂ ਨੂੰ ਗਿਆਨ ਆ। ਇਸ ਕਰਕੇ ਹੁਣ ਹਿੰਦੁਸਤਾਨ ਦੀ ਲੜਾਈ ਦੇਖ ਲਓ ਹੋਈ ਹੈ ਪਾਰਲੀਮੈਂਟ ਦੀ, ਤਾਂ ਮੋਦੀ ਜੀ ਨੇ ਕਿੰਨਾ ਜ਼ੋਰ ਲਾਇਆ, ਕਿੰਨੀ ਸਰਕਾਰ, ਕਿੱਡਾ ਵੱਡਾ ਪ੍ਰਚਾਰ, 400 ਸੀਟਾਂ ਰਹਿ ਗਈਆਂ 240। ਇਸ ਕਰਕੇ ਲੋਕ ਫੈਸਲਾ ਕਰਦੇ ਨੇ, ਅਤੇ ਦੂਸਰੇ ਅਜੇ ਇਕੱਠੇ ਨਹੀਂ ਸੀ, ਅਜੇ ਡਿਵਾਈਡਡ ਸੀ। ਜੇ ਕਿਤੇ ਇਕੱਠੇ ਹੁੰਦੇ ਮੇਰੇ ਕੋਲ 240 ਨਹੀਂ ਸੀ ਰਹਿਣੀਆਂ। ਇਸ ਕਰਕੇ ਜਿਹੜਾ ਲੋਕ ਹੈ ਡੈਮੋਕਰੇਸੀ 'ਚ, ਇਹ ਫੈਸਲੇ ਲੋਕ ਕਰਦੇ ਨੇ ਕਿ ਠੀਕ ਕੀ ਹੈ, ਗਲਤ ਕੀ ਹੈ। ਜਿਹੜਾ ਬੰਦਾ ਕਹਿੰਦਾ ਇਹ ਠੀਕ ਹੈ, ਕੀ ਗਲਤ ਬੋਲ ਰਿਹਾ, ਫਿਰ ਉਹਦੇ ਪਿੱਛੇ ਉਹਦੀ ਬੈਕਗਰਾਊਂਡ ਸਟੋਰੀ ਹੁੰਦੀ ਹੈ। ਇੱਕ ਬੰਦਾ ਬੋਲਦਾ, ਬੜਾ ਮਿੱਠਾ ਬੋਲਦਾ, ਬੜਾ ਦੇਖਣ ਸੋਹਣਾ ਲੱਗਦਾ, ਲੇਕਿਨ ਕਿਰਦਾਰ ਨਹੀਂ ਹੁੰਦਾ। ਇੱਕ ਬੰਦਾ ਕਿਰਦਾਰ ਬਹੁਤ ਉੱਚਾ ਹੁੰਦਾ, ਦੇਖਣ 'ਚ ਕਸੱਲਾ ਜਿਹਾ ਹੁੰਦਾ, ਕੱਪੜੇ ਮਾੜੇ ਪਾਏ ਹੁੰਦੇ, ਉਹਨੂੰ ਲੋਕ ਸਿਰ ਝੁਕਾਉਂਦੇ ਨੇ, ਕਹਿੰਦੇ ਯਾਰ ਬੜਾ ਇਹ ਬੰਦੇ 'ਚ ਬੜੇ। ਉਹ ਰਿਜ਼ਲਟ ਤਾਂ ਕੋਈ ਅਸੀਂ ਉਸ ਰਿਜ਼ਲਟ ਨੂੰ ਗਲਤ ਨਹੀਂ ਦੇਖਦੇ, ਕਿਉਂਕਿ ਸਾਡਾ ਬੰਦਾ ਹੀ ਸਿਰ ਖੜ੍ਹੇ ਨਹੀਂ ਕੀਤਾ। ਅਸੀਂ ਬੰਦਾ ਇਹਨੂੰ ਕਹਿ ਅਸੀਂ ਵਿਡਰਾ ਕਰ ਲਓ, ਅਸੀਂ ਸਾਰੀ ਗੱਲ ਕਹੀ, ਅਸੀਂ ਸਪੋਰਟ ਵੀ ਨਹੀਂ ਸੀ ਦਿੱਤੀ। ਇਸ ਕਰਕੇ ਕੋਈ ਅਸੀਂ ਉਸਦੇ ਰਿਜ਼ਲਟ ਨੂੰ ਕੋਈ ਸਾਡੇ 'ਤੇ ਕੋਈ ਉਹਦਾ ਅਸਰ ਨਹੀਂ ਹੈ, ਕੋਈ ਮੈਂ ਉਹਨੂੰ ਦੇਖ ਲਵਾਂਗਾ। ਅੱਜ ਪੁਲਿਸ ਵੋਟ ਲਗਾਈ ਪਈ ਦਫ਼ਤਰ ਦੇ ਬਾਹਰ, ਉਹ ਪਤਾ ਨਹੀਂ ਕਿਉਂ ਲੱਗੇ, ਮੈਨੂੰ ਨਹੀਂ ਪਤਾ। ਮੈਨੂੰ ਤਾਂ ਤੁਸੀਂ ਦੱਸਿਆ ਪੁਲਿਸ ਲੱਗੀ ਖੜੀ ਹੈ, ਮੈਂ ਤਾਂ ਇਹਦੇ ਤੋਂ ਪੁਲਿਸ ਦਾ ਬੰਦਾ ਨਹੀਂ ਸੀ। ਹੋ ਸਕਦਾ ਸਾਡੀ ਮੀਟਿੰਗ ਜਦੋਂ ਹੁੰਦੀ ਹੈ ਪ੍ਰਧਾਨ, ਉਦੋਂ ਵੀ ਆ ਜਾਂਦੀ ਹੈ ਸਾਡੀ ਮੀਟਿੰਗ ਦੇਖ ਕੇ, ਵੀ ਅੱਜ ਪ੍ਰਧਾਨ ਨਹੀਂ, ਮੀਟਿੰਗ ਇਹਨਾਂ ਨੇ ਕੀਤੀ ਹੈ। ਮੀਟਿੰਗ ਥੋੜ੍ਹਾ ਜਿਹਾ ਸੁਨੇਹੇ ਮੈਂ ਵੱਧ ਭੇਜਦੇ, ਵੀ ਵੱਧ ਆ ਜਾਓ, ਵੀ ਆਪਾਂ ਅੱਜ ਖੁੱਲ੍ਹਾ ਟਾਈਮ ਲਾਉਣਾ ਵੱਡਾ ਪ੍ਰੋਗਰਾਮ। ਹੋ ਸਕਦਾ ਉਹ ਦੇਖ ਕੇ ਇਕੱਠ, ਵੀ ਪ੍ਰਧਾਨ ਹੈ ਨਹੀਂ, ਇਹ ਇਕੱਠ ਕਿਵੇਂ ਕਰੀ ਬੈਠੇ ਨੇ। ਹੋ ਸਕਦਾ ਆਪਣੇ ਕਿਸੇ ਲਾ ਦਿੱਤੀ, ਜੋ ਕਿਸੇ ਨੇ ਪਤਾ ਨਹੀਂ ਇੰਨੀ ਦੁਨੀਆ ਖੜੀ ਹੁੰਦੀ, ਕਿਸੇ ਨੇ ਕੀ ਕਹਿਤਾ। ਕੋਈ ਐਕਸ਼ਨ ਦੀ ਸਾਨੂੰ ਲੋੜ ਕੋਈ ਨਹੀਂ ਲੱਗਦੀ, ਕਿ ਜਿਹੜਾ ਬੰਦਾ ਆਪਣੀ ਆਪ ਹੀ ਪਾਰਟੀ ਦੇ ਅਸੂਲ ਦੇ ਉੱਤੋਂ ਬੋਲਣ ਲੱਗਦਾ, ਆਪਣੀ ਆਪ ਹੀ ਐਕਸ਼ਨ ਹੋ ਗਿਆ ਕਿ ਆਪ ਪਾਰਟੀ ਤੋਂ ਬਾਹਰ ਹੋ ਗਿਆ। ਪਾਰਟੀ ਦਾ ਤੁਸੀਂ ਹਲੇ ਵੀ ਉਹਨਾਂ ਨੂੰ ਹਿੱਸਾ ਮੰਨਦੇ ਹੋ? ਪਾਰਟੀ ਦਾ ਹਿੱਸਾ ਕਿਹਾ, ਜਿਹੜਾ ਜੇ ਤੁਸੀਂ ਮੈਨੂੰ ਗਾਲਾਂ ਕੱਢੀਏ ਨਾ, ਮੇਰਾ ਹਿੱਸਾ ਕਿੱਥੋਂ ਰਹਿ ਗਿਆ? ਇਹ ਤਾਂ ਆਟੋਮੈਟਿਕ ਹੀ ਹੋ ਗਿਆ ਕਿ ਪਾਰਟੀ ਤੋਂ ਅਸੀਂ ਬਾਹਰ ਹੋ ਗਏ। ਜੇ ਤੁਸੀਂ ਪਾਰਟੀ ਦੇ ਉਲਟ ਬੋਲਣ ਲੱਗ ਗਏ, ਪ੍ਰਧਾਨ ਦੇ ਉਲਟ ਬੋਲਣ ਲੱਗ ਗਏ, ਤਾਂ ਫਿਰ ਦੱਸੋ ਫਿਰ ਅਸੀਂ ਪਾਰਟੀ ਦੇ ਕਿੱਥੇ ਰਹਿ ਗਏ?
जलंधर वेस्ट चुनाव के अंदर आप लोगों के खिलाफ जाकर के वो कैंडिडेट खड़ा रखा और उसके कारण पार्टी की किरकिरी हुई, लगभग 2000 वोट आई पार्टी की, तो कहीं ना कहीं मानते नहीं कि पार्टी को बदनाम किया जा रहा है? देखो जेडे बदनाम कर रहे ने खुद बदनाम, जेडा गलती करता है खुद उस गलती की सजा भुगत लेना, जेड़े गलतियां करी जाएंगे वो खुद उन्होंने सज़ा खाएंगे। देख लो समा आएगा तो उन्होंने थोड़े सामने आ जाएगा, हिस्टरी दसेगी, वो रिपीट करती रही है, पिछे बड़ा रिपीट किया हिस्टरी ने। मैं तो देखी जाना बड़े पुराने समय तो देखी जाना, मेरे ला 50 साल तो उपर हो गए पार्टी के सारे देखते हैं सिस्टम कि किन्ने बारी इस तरह के हालात बने ने, संगत ने हमेशा अकाली दल तकड़ा रखे। हूँ भी देखो अकाली दल ने मजबूत ही रहना, बहम कढ़ दो, बहुत मजबूत पार्टी है, बहुत अकाली दल जिहड़ा है बहादुर लोगों की जमात है। देश आजादी वेले सारा हिंदुस्तान नहीं सी खड़ा होया, तो सारा हिंदुस्तान भगत सिंह नहीं बन सकता, सारा हिंदुस्तान सराबा नहीं बन सकता, सारा हिंदुस्तान सुभाष चंद्र बोस नहीं बन सकता। ये चंद बंदे ही होंगे, उस वेले भी लोग अंग्रेजा के नाल सी, भगत सिंह उन्होंने खिलाफ, तो अंग्रेजा के खिलाफ वाले बंद ने उन्होंने शहीदियां हुई खड़े गए, पूरी पार्टी की उनके खिलाफ कोई कार्रवाई नहीं की, लोड़ ही कोई नहीं, मजबूरी क्या, पार्टी कोई मजबूरी नहीं, वो पार्टी के खिलाफ कोई भी काम करते रहे। तुसी बोली जाने मैं थोड़े की एक्शन करूंगा, की लोड ऑफ इनफेक्शन की। इस करके जेडे बंदे पार्टी तो बाहर बोली जाते हैं, सानू लोड़ क्यों, तो अपन भी बाहर लोग देखी जाते हैं, होर जिते 10 गाला कढ़ी दे 11वां कढ़ी जाए, बस दूजे हटते ने, किन्नियां पार्टियां साढ़े उल्ट बोलदियां, अज उल्ट बोलने वाले देखो की होया इतिहास, सानू साढ़े की दोष लाए, ये जी धर्म की बग्या हो गई, ये जी रेता महंगा हो गया, ये जी चिट्टा हो गया, ये जी बंदे मर ला गए चिट्टे नाल, ये जी छुड्डी खा गई नरमे नू, बंदे जी हो गए जी जट मर गया, अज जट 10 गुणा मर रहा है, अज सुंडी 10 गुणा हो गई है, रेता रेट कढ़ लो साढ़े अकाली दल दे राज नालों अमरिंदर वेले दुगुणा, हुण उस तों तिगुणा, साढ़े नालों 3 गुणा रेट है, कढ़ लो रेट, रिश्वत 15 गुणा नहीं 50 गुणा वध है, नरमा सुंडियां उवें पईआं ने खत्म हो गया, लोक उवें जेकर दवाई ला के मरी, रोज़ ड्रग नाल 4-4, 5-5 बंदे मरदे ने, कि टब्बर दे मरी जांदे ने, सारे विंग ने इह कहा कि सुखबीर बादल ही प्रधान रहन, इह तां कमजोर कर रहे अकाली दल। देखो विंगा ने भावें जो मर्जी कहा, साडा कहना भी लोकां दा फतवा, पबलिक दा मतलब फतवा, जिहड़ा जनता दा फतवा, ओह अकाली दल दे उल्ट आ रहा, बार बार आ रहा, इक बार नहीं, दो बार नहीं, पंज वारी आया, हुण जलंधर दी इलैक्शन तां जमी सिरे हेठ नहीं लाते, हाथी नूं मिला डुबे बेचारे नूं, ते 732 वोटां मिलियां, तो यही चिंता, यही फिक्र आ, यही गल सानूं मतलब असीं बार बार कहने भी इहदी चिंता करनी चाहीदी आ, यही जिहड़ी अज दी मीटिंग आ, यही साडी उस मीटिंग दे उहदे हिसाब नाल ही असीं चिंता लई बुलाई आ, भी अकाली दल जिहड़ा इन्ना ढंगाई डिग पिआ, इहनूं किवें उपर चुकीए, श्रोमणी अकाली दल नूं मजबूत करन लई तुरे आ, तो भी श्रोमणी अकाली दल दीआं विचारां करदे होंगे, चंगी गल ही, तुसीं दफ्तर दा भी समां मंगिआ सीगा कि दफ्तर जाण दा कोई समां मंगिआ सी उत्थे? नहीं असीं कोई इदां दा प्लान हैगा कि दफ्तर जा के कोई प्रेस कॉन्फ्रेंस? ना ना, प्रेस कॉन्फ्रेंस तो आना इत्थे कर लांगे 4 बजे कर लांगे, अकाली दल दईए तुसीं उत्थे क्यों नहीं जांदे, फिर उत्थे भी जाओ, चलो फिर असीं अकाली, नहीं नहीं असीं आए अकाली हैं, प्योर अकाली है, असीं सुधार लहर कर रहे हैं जी, सुधार लहर च की कुछ कदम चुके जा सकते? लगातार बैठकों का दौर जारी है, जिथे कि एक पासे श्रोमणी अकाली दल की सीनियर लीडरशिप के वलों मीटिंग की गई, उत्थे ही श्रोमणी अकाली दल के बागी धड़े के वलों लगातार मीटिंग की जा रही है, बागी धड़े तो लगातार अपने उसी ही स्टैंड दोहराया जा रहा है कि सुखबीर सिंह प्रधानगी तो अस्तीफा दे देन,
ਹਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੂੰ ਨਿਸ਼ਾਨੇ 'ਤੇ ਲਿਆ ਗਿਆ। ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਕਿ ਆਪਣੇ ਆਪ ਦੇ ਵਿੱਚ ਹੀ ਉਹ ਪਾਰਟੀ ਤੋਂ ਬਾਹਰ ਸਮਝਣ, ਜੇਕਰ ਲਗਾਤਾਰ ਉਹ ਲੀਡਰਸ਼ਿਪ ਦੇ ਖਿਲਾਫ਼, ਲੀਡਰਸ਼ਿਪ ਦੇ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ਼ ਬੋਲ ਰਹੇ ਨੇ, ਇਸ ਕਰਕੇ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਦੀ ਲੋੜ ਹੀ ਨਹੀਂ ਹੈ। ਜੇਕਰ ਉਹ ਲਗਾਤਾਰ ਅਜਿਹੇ ਬਿਆਨ ਦੇ ਰਹੇ ਨੇ ਤਾਂ ਉਹ ਪਾਰਟੀ ਤੋਂ ਬਾਹਰ ਹੀ ਨੇ। ਲਗਾਤਾਰ ਅਜਿਹੇ ਬਿਆਨ ਦੋਵੇਂ ਤਰ੍ਹਾਂ ਦੇ ਵੱਲੋਂ ਦਿੱਤੇ ਜਾ ਰਹੇ ਨੇ। ਤੋ ਸਿੱਧਾ ਰੁਖ ਕਰਾਂਗੇ ਮੇਰੇ ਸਹਿਯੋਗੀ ਪੰਕਜ ਕਪਾਹੀ ਲਾਈਵ ਜੁੜੇ ਹੋਏ ਨੇ। ਪੰਕਜ, ਲਗਾਤਾਰ ਬੈਠਕਾਂ ਦਾ ਦੌਰ ਜਾਰੀ ਹੈ ਜਿੱਥੇ ਕਿ ਬਾਗੀ ਧੜਾ ਦੇ ਵੱਲੋਂ ਲਗਾਤਾਰ ਆਪਣਾ ਸਟੈਂਡ ਵੀ ਦੁਹਰਾਇਆ ਜਾ ਰਿਹਾ, ਦੂਜੇ ਪਾਸੇ ਗੱਲ ਅਕਾਲੀ ਦਲ ਲੀਡਰਸ਼ਿਪ ਦੀ ਕੀਤੀ ਜਾਵੇ ਤਾਂ ਸਿੱਧੇ ਤੌਰ 'ਤੇ ਨਿਸ਼ਾਨਾ ਵੀ ਸਾਧਿਆ ਜਾ ਰਿਹਾ। ਇੱਥੇ ਇਹ ਇੱਕ ਬਹੁਤ ਅਹਿਮ ਸਵਾਲ ਹੈ, ਅੱਜ ਸਿੰਘ ਸਾਹਿਬਾਨ ਦੀ ਜਿਹੜੀ ਕਿ ਇਕੱਤਰਤਾ ਹੋਈ, ਮੀਟਿੰਗ ਹੋਈ, ਲਗਾਤਾਰ ਜ਼ਰੂਰ ਇਹ ਸੰਭਾਵਨਾ ਸੀ ਕਿ ਜੋ ਪਿਛਲੇ ਦਿਨੀ ਮਾਫ਼ੀਨਾਮਾ ਸੌਂਪਿਆ ਗਿਆ ਜਥੇਦਾਰ ਸਾਹਿਬ ਨੂੰ, ਉਸ ਤੋਂ ਬਾਅਦ 'ਚ ਅੱਜ ਕੋਈ ਫੈਸਲਾ ਹੋ ਸਕਦਾ। ਫਿਲਹਾਲ ਹਾਲਾਂਕਿ ਸਿੰਘ ਸਾਹਿਬਾਨ ਦਾ ਇਸ ਨੂੰ ਲੈ ਕੇ ਕੋਈ ਆਦੇਸ਼ ਫੈਸਲਾ ਨਹੀਂ ਆਇਆ, ਤਾਂ ਇਸ ਦੇ ਵਿਚਾਲੇ ਹੁਣ ਅਕਾਲੀ ਦਲ ਦੇ ਬਾਗੀ ਧੜੇ ਦੀ ਅਗਲੀ ਰਣਨੀਤੀ ਕੀ ਹੋ ਸਕਦੀ ਹੈ, ਕਿ ਉਸੇ ਲਿਹਾਜ਼ ਦੇ ਨਾਲ ਅੱਜ ਦੀ ਮੀਟਿੰਗ ਕੀਤੀ ਜਾ ਰਹੀ ਹੈ। ਗੱਲ ਦੇ ਉੱਤੇ ਟਿੱਕੀਆਂ ਹੋਈਆਂ ਸੀਗੀਆਂ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਿਹੜੀ ਮੀਟਿੰਗ ਸੱਦੀ ਹੈ, ਜਦੋਂ ਮਾਫ਼ੀਨਾਮਾ ਹੋਇਆ ਤਾਂ ਕੀ ਅੱਜ ਸਜ਼ਾ ਲਗਾਈ ਜਾਏਗੀ, ਕੀ ਅੱਜ ਕੋਈ ਫੈਸਲਾ ਇਸ ਬਾਬਤ ਲਿੱਤਾ ਜਾਏਗਾ? ਇਸੇ ਕਰਕੇ ਇਹ ਮੰਨਿਆ ਜਾ ਰਿਹਾ ਸੀਗਾ ਕਿ ਦੋਵਾਂ ਪਾਸੋਂ ਇਹ ਮੀਟਿੰਗ ਜਿਹੜੀ ਉਹ ਸੱਦੀ ਗਈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕਈ ਸਾਰੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਗਈ, ਲੇਕਿਨ ਇਸ ਮਸਲੇ 'ਤੇ ਉਹਨਾਂ ਨੇ ਕੋਈ ਵੀ ਬਿਆਨ ਨਹੀਂ ਦਿੱਤਾ, ਕੋਈ ਫਿਲਹਾਲ ਜਿਹੜੀ ਉਹ ਸਜ਼ਾ ਜਾਂ ਕੋਈ ਵੀ ਇਸ ਮਸਲੇ 'ਤੇ ਬੋਲਦੇ ਹੋਏ ਨਜ਼ਰ ਨਹੀਂ ਆਏ। ਹੁਣ ਭੁੰਦੜ ਹੋਰੀ ਕਹਿ ਰਹੇ ਨੇ ਕਿ ਜਿਹੜੇ ਪਾਰਟੀ ਦੇ ਖਿਲਾਫ਼ ਬੋਲ ਰਹੇ ਨੇ ਉਹ ਸਮਝੋ ਕਿ ਪਾਰਟੀ ਦੇ ਬਾਹਰ ਹੀ ਹੋ ਚੁੱਕੇ ਨੇ, ਲੇਕਿਨ ਸਵਾਲ ਇਸ ਦੇ ਵਿੱਚ ਇਹ ਵੀ ਉੱਠਦਾ ਹੈ ਕਿ ਜਿਹੜੀ ਇੱਕ ਡਿਸਿਪਲਿਨ ਕਮੇਟੀ ਬਣਾਈ ਗਈ ਹੈ ਜਿਸ ਦੇ ਚੇਅਰਪਰਸਨ ਭੁੰਦੜ ਹੋਰੀ ਨੇ, ਕਿਉਂ ਓਫੀਸ਼ੀਅਲ ਤੌਰ 'ਤੇ ਅਜੇ ਤੱਕ ਕਿਸੇ ਦੇ ਖਿਲਾਫ਼ ਬਾਹਰ ਕੱਢਣ ਦਾ ਫੈਸਲਾ ਉਹਨਾਂ ਵੱਲੋਂ ਲਿੱਤਾ ਨਹੀਂ ਗਿਆ, ਕਿ ਅਜੇ ਵੀ ਮੌਕਾ ਦਿੱਤਾ ਜਾ ਰਿਹਾ ਕਿ ਇਕੱਠੇ ਹੋਇਆ ਜਾਵੇ, ਕਿਉਂਕਿ ਕੋਈ ਇੱਕ ਪਰਿਵਾਰ ਜਾਂ ਦੋ ਪਰਿਵਾਰ ਨਹੀਂ ਹੈ, ਬਹੁਤ ਵੱਡੀ ਫਹਿਰਿਸਤ ਹੈ ਜਿਸ ਦੇ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਲੈ ਕੇ ਮਾਸਟਰ ਤਾਰਾ ਸਿੰਘ, ਮਾਸਟਰ ਤਾਰਾ ਸਿੰਘ ਦੇ ਪਰਿਵਾਰ ਤੋਂ ਲੈ ਕੇ ਜਿਹੜਾ ਬੀਬੀ ਜਗੀਰ ਕੌਰ, ਬੀਬੀ ਜਗੀਰ ਕੌਰ ਤੋਂ ਲੈ ਕੇ ਚਰਨਜੀਤ ਸਿੰਘ ਬਰਾੜ, ਚਰਨਜੀਤ ਸਿੰਘ ਬਰਾੜ ਤੋਂ ਲੈ ਕੇ ਢੀਂਡਸਾ ਪਰਿਵਾਰ, ਢੀਂਡਸਾ ਪਰਿਵਾਰ ਤੋਂ ਲੈ ਕੇ ਵਡਾਲਾ ਪਰਿਵਾਰ, ਇੱਕ ਲੰਬੀ ਫਹਿਰਿਸਤ ਹੈ, ਤਾਂ ਕਿਹਨੂੰ ਕਿਹਨੂੰ ਬਾਹਰ ਕੱਢਿਆ ਜਾਵੇ, ਇਸ ਕਰਕੇ ਕੋਈ ਐਕਸ਼ਨ ਜਿਹੜਾ ਵੈ ਉਹ ਨਹੀਂ ਲਿੱਤਾ ਜਾ ਰਿਹਾ। ਦੂਜੇ ਪਾਸੇ ਹੁਣ ਬਾਗੀ ਧੜਾ ਕਰੇਗਾ ਕਿ ਇਹ ਸਭ ਤੋਂ ਵੱਡਾ ਸਵਾਲ ਬਣਿਆ ਹੋਇਆ। ਪਹਿਲੀ ਮੰਗ ਇਹਨਾਂ ਦੀ ਇਹ ਹੈ ਕਿ ਪ੍ਰਧਾਨ ਬਦਲਿਆ ਜਾਵੇ, ਝੁੰਦਾ ਕਮੇਟੀ ਦੀ ਜਿਹੜੀ ਸਿਫਾਰਿਸ਼ ਹੈ ਉਸ ਨੂੰ ਲਾਗੂ ਕੀਤਾ ਜਾਵੇ, ਔਰ ਤਸਵੀਰ ਰਜਿੰਦਰ ਨੂੰ ਕਹੂੰਗਾ ਕਿ ਅੰਦਰ ਦੀ ਦਿਖਾਓ ਕਿ ਇਸ ਵੇਲੇ ਝੁੰਦਾ ਕਮੇਟੀ ਦੇ ਉੱਤੇ ਹੀ ਚਰਚਾ ਚੱਲ ਰਹੀ ਹੈ। ਜਿਹੜੀ ਇੱਕ ਸਿਫਾਰਿਸ਼ ਸੀਗੀ ਕਿ ਪ੍ਰਧਾਨ ਨੂੰ ਬਦਲਿਆ ਜਾਵੇ, ਉਸ ਗੱਲ ਨੂੰ ਲੈ ਕੇ ਹੀ ਅੱਜ ਵੀ ਕਲੀਅਰ ਹੈ। ਜੇਕਰ ਸੁਖਬੀਰ ਸਿੰਘ ਬਾਦਲ ਨੂੰ ਬਦਲਣ ਦੀ ਗੱਲ ਕੀਤੀ ਜਾ ਰਹੀ ਹੈ ਇਸ ਧੜੇ ਦੇ ਵੱਲੋਂ, ਤਾਂ ਫਿਰ ਨਵਾਂ ਪ੍ਰਧਾਨ ਕੌਣ ਹੋਏਗਾ? ਇਹ ਬਹੁਤ ਸਾਰੇ ਚਰਚਾਵਾਂ ਚੱਲ ਰਹੀਆਂ ਨੇ, ਤਾਂ ਇਸ ਬਾਬਤ ਲਗਾਤਾਰ ਨਾਮ ਚੱਲ ਰਿਹਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ। ਗਿਆਨੀ ਹਰਪ੍ਰੀਤ ਸਿੰਘ ਹੋਰੀ ਕੀ ਇਸ ਧੜੇ ਦੇ ਵੱਲੋਂ ਨਵਾਂ ਪ੍ਰਧਾਨ ਐਲਾਨ ਕਰ ਦਿੱਤਾ ਜਾਏਗਾ? ਇਹ ਆਪਣੇ ਆਪ ਦੇ ਵਿੱਚ ਸਵਾਲ ਬਣਿਆ ਹੋਇਆ। ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਜੇ ਕਈ ਨਾਮਾਂ ਦੇ ਉੱਤੇ ਚਰਚਾ ਚੱਲ ਰਹੀ ਹੈ, ਅਜੇ ਜਦੋਂ ਸਹਿਮਤੀ ਬਣੀ ਫਿਰ ਮੀਡੀਆ ਨੂੰ ਦੱਸਿਆ ਜਾਏਗਾ। ਦੂਸਰਾ ਸਵਾਲ ਇਹ ਹੈ ਕਿ ਹੁਣ ਜਦੋਂ ਮਾਫ਼ੀਨਾਮਾ ਦੇ ਚੁੱਕੇ ਨੇ ਤਾਂ ਅੱਗੇ ਕੀ ਕਰਨਗੇ, ਅੱਗੇ ਦੀ ਰਣਨੀਤੀ ਕੀ ਹੋਏਗੀ? ਤਾਂ ਜੋ ਜਾਣਕਾਰੀ ਮਿਲੀ ਹੈ ਕਿ ਇੱਕ ਲਹਿਰ ਚਲਾਈ ਜਾਏਗੀ, ਉਸਦਾ ਨਾਮ ਹੋਏਗਾ ਅਕਾਲੀ ਦਲ ਸੁਧਾਰ ਲਹਿਰ। ਉਸੀ ਕਿਸ ਤਰੀਕੇ ਦੀ ਪੂਰਾ ਇੱਕ ਅਲਾਈਨਮੈਂਟ ਹੋਏਗੀ ਜਾਂ ਇਹ ਕਹੀਏ ਕਿ ਕੀ ਸ਼ਡਿਊਲ ਹੋਏਗਾ, ਉਸ ਦੇ ਉੱਤੇ ਮੰਥਨ ਕੀਤਾ ਜਾ ਰਿਹਾ ਹੈ, ਕੀ ਸੁਨੇਹਾ ਦੇਣਾ ਉਸ ਦੇ ਉੱਤੇ ਮੰਥਨ ਕੀਤਾ ਜਾ ਰਿਹਾ। ਔਰ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੇ ਹੋ, ਜਿਹੜਾ ਬਾਦਲ ਪਰਿਵਾਰ ਦੇ ਜਿਹੜੇ ਨਾਲ ਖੜ੍ਹੇ ਨੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ, ਤਾਂ ਇਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਤਾਂ ਅਕਾਲੀ ਦਲ ਨੂੰ ਮਜ਼ਬੂਤ ਕਰ ਰਹੇ ਹਾਂ।
ਜ਼ਮਾਨਤ ਜ਼ਬਤ ਹੋ ਗਈ ਜਲੰਧਰ ਦੇ ਵਿੱਚ, ਕਈ ਥਾਵਾਂ ਦੇ ਉੱਤੇ ਜ਼ਮਾਨਤਾਂ ਪਹਿਲਾਂ ਜ਼ਬਤ ਹੋ ਗਈਆਂ। ਇਸ ਤੋਂ ਜ਼ਿਆਦਾ ਅਕਾਲੀ ਦਲ ਕਮਜ਼ੋਰ ਕਿੱਥੇ ਹੋਏਗਾ? ਇਹਨਾਂ ਦਾ ਆਪਣਾ ਪੱਖ ਹੈ ਤਾਂ ਅਜਿਹੇ 'ਚ ਹੁਣ ਜਦੋਂ ਮੀਟਿੰਗ ਆਉਣਗੇ, ਖਤਮ ਹੋਏਗੀ ਤਕਰੀਬਨ ਅੱਧਾ ਪੌਣਾ ਘੰਟਾ ਹੋਰ ਮੀਟਿੰਗ ਚੱਲੇਗੀ, ਪ੍ਰੈਸ ਕਾਨਫਰੰਸ ਕੀਤੀ ਜਾਏਗੀ 4 ਵਜੇ 4:30 ਵਜੇ ਦੇ ਕਰੀਬ, ਤਾਂ ਉਸ ਵੇਲੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਲੇਕਿਨ ਇੱਕ ਗੱਲ ਕਲੀਅਰ ਹੈ ਕਿ ਅਕਾਲੀ ਦਲ ਦਾ ਕਲੇਸ਼ ਘਟਣ ਦੀ ਬਜਾਏ ਵੱਧਦਾ ਹੋਇਆ ਨਜ਼ਰ ਆ ਰਿਹਾ, ਔਰ ਲਗਾਤਾਰ ਹੁਣ ਇੱਕ ਦੂਸਰੇ ਦੇ ਖਿਲਾਫ਼। ਅੱਜ ਹੋਇਆ ਕੀ? ਅੱਜ ਸਭ ਤੋਂ ਵੱਡਾ ਸਵਾਲ ਇਹ ਸੀਗਾ ਕਿ ਕੀ ਇਹ ਮੀਟਿੰਗ ਅਕਾਲੀ ਦਲ ਦੇ ਹੈੱਡ ਆਫਿਸ ਦੇ ਵਿੱਚ ਹੋਏਗੀ? ਚੰਡੀਗੜ੍ਹ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਚੰਡੀਗੜ੍ਹ ਪੁਲਿਸ ਨੇ ਵੱਡੀ ਜਿਹੜੀ ਤਾਦਾਦ ਦੇ ਵਿੱਚ ਉੱਥੇ ਫੋਰਸ ਲਗਾ ਦਿੱਤੀ ਕਿ ਹਾਲਾਤ ਤਣਾਅਪੂਰਨ ਨਾ ਹੋ ਜਾਣ ਕਿ ਜਦੋਂ ਇਹ ਪਹੁੰਚਣ। ਦੂਜੇ ਪਾਸੇ ਜਦੋਂ ਉਹਨਾਂ ਨੇ 500-700 ਬੰਦਾ ਸੱਦ ਲਿਆ ਤਾਂ ਕਿਤੇ ਆਹਮੋ ਸਾਹਮਣੇ ਟਾਕਰੇ ਵਾਲੀ ਸਥਿਤੀ ਨਾ ਬਣ ਜਾਏ। ਔਰ ਚੰਡੀਗੜ੍ਹ ਪੁਲਿਸ ਦੀ ਦੂਜੀ ਟੀਮ ਉਹ ਇਸ ਥਾਂ 'ਤੇ ਪਹੁੰਚ ਗਈ ਕਿ ਕੀ ਇਸ ਮੀਟਿੰਗ ਤੋਂ ਬਾਅਦ ਤੁਸੀਂ ਉਸ ਪਾਸੇ ਤਾਂ ਨਹੀਂ ਜਾਓਗੇ, ਕੋਈ ਟਾਕਰੇ ਵਾਲੀ ਸਥਿਤੀ ਤਾਂ ਨਹੀਂ ਹੋਏਗੀ? ਤਾਂ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਨੇ ਸਪਸ਼ਟ ਕੀਤਾ, ਸਾਡੀ ਮੀਟਿੰਗ ਸਿਰਫ ਇਸੇ ਥਾਂ 'ਤੇ ਹੋਣੀ ਸੀ, ਅਸੀਂ ਪਾਰਟੀ ਦਫ਼ਤਰ ਨਹੀਂ ਜਾ ਰਹੇ, ਪਾਰਟੀ ਦਫ਼ਤਰ ਜਾਣ ਦੀ ਮਹਿਜ਼ ਅਫਵਾਹ ਸੀਗੀ। ਹਾਲਾਂਕਿ ਚਰਚਾਵਾਂ ਇਹ ਵੀ ਸੀਗੀਆਂ ਕਿ ਇਹਨਾਂ ਵੱਲੋਂ ਦਫ਼ਤਰ ਦੇ ਵਿੱਚ ਇੱਕ ਕਮਰਾ, ਇੱਕ ਹੋਲ ਮੰਗਿਆ ਗਿਆ ਸੀਗਾ, ਔਰ ਇਹ ਕਹਿ ਦਿੱਤਾ ਗਿਆ ਦੂਜੇ ਪਾਸੋਂ ਕਿ ਸਾਡੀਆਂ ਆਪਣੀਆਂ ਮੀਟਿੰਗਾਂ, ਅਸੀਂ ਨਹੀਂ ਹੋਲ ਜਾਂ ਕਮਰਾ ਦੇ ਸਕਦੇ। ਇਹ ਇਸ ਕਰਕੇ ਇਹ ਸਾਰਾ ਮਾਹੌਲ ਬਣਿਆ, ਔਰ ਚੰਡੀਗੜ੍ਹ ਪ੍ਰਸ਼ਾਸਨ ਜਾਂ ਚੰਡੀਗੜ੍ਹ ਪੁਲਿਸ ਨੂੰ ਹੱਥਾਂ ਪੈਰਾਂ। ਅਕਾਲੀ ਦਲ ਦਾ ਜੋ ਬਾਗੀ ਧੜਾ ਉਸਦੇ ਵੱਲੋਂ ਆਪਣੇ ਪੱਧਰ 'ਤੇ ਹੁਣ ਬੈਠਕ ਕੀਤੀ ਜਾ ਰਹੀ ਹੈ, ਖੈਰ ਉਸ 'ਤੇ ਅੱਜ ਨਜ਼ਰ ਰਹੇਗੀ ਕਿ ਇਹ ਮੀਟਿੰਗ ਖਤਮ ਹੋਣ ਤੋਂ ਬਾਅਦ 'ਚ ਕੀ ਅਗਲੀ ਰਣਨੀਤੀ ਦਾ ਬਾਗੀ ਧੜੇ ਦੇ ਵੱਲੋਂ ਐਲਾਨ ਕੀਤਾ ਗਿਆ। ਤਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਬਾਗੀ ਧੜੇ ਦੇ ਆਗੂਆਂ 'ਤੇ ਹਮਲਾਵਰ ਹੈ, ਉਹਨਾਂ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ।